ਪਤਾ ਕਰਦਾ ਦੁਪਹਿਰੇ ਸ਼ਾਮ ਨੂੰ ਜੋ ਵੀ ਆਪਾਂ ਕੁਝ ਖਾਂਦੇ ਪੀਂਦੇ ਆ ਕੋਈ ਇਡਲੀ ਡੋਸੇ ਜੋ ਵੀ ਕੁਝ ਹੈਗਾ ਉਹ ਸਾਰਾ ਆਪਣਾ ਇਹ ਕਿਸਾਨ ਹੀ ਬੀਜਦਾ ਹੈ ਕਿਸਾਨ ਹੀ ਸਾਡੇ ਭਵਿੱਖ ਨੂੰ ਉਜਲਾ ਬਣਾਉਂਦਾ ਹੈ ਸੋ ਆਪਾਂ ਨੂੰ ਅੱਜ ਇੱਕ ਗੱਲ ਸਮਝ ਆ ਕਿਸਾਨ ਸੰਘਰਸ਼ ਇਹ ਕੱਲਾ ਪੰਜਾਬ ਦਾ ਨਹੀਂ ਕੱਲੇ ਇੰਡੀਆ ਦਾ ਨਹੀਂ ਪੂਰੀ ਦੁਨੀਆ ਦੇ ਵਿੱਚ ਇਸ ਦੀ ਆਵਾਜ਼ ਹੈ ਔਰ ਨਰਿੰਦਰ ਮੋਦੀ ਅਮਿਤ ਸ਼ਾਹ ਦੀਆਂ ਜਿਹੜੀਆਂ ਕਾਲੀਆਂ ਕਰਤੂਤਾਂ ਨੇ ਔਰ ਜਿਸ ਤਰੀਕੇ ਦੇ ਨਾਲ ਇਸ ਨੇ ਦੇਸ਼ ਨੂੰ ਗਿਰਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸਾਨ ਜਿਹੜੇ ਆ ਉਹ ਰੀੜ ਦੀ ਹੱਡੀ ਨੇ ਇਸ ਦੇਸ਼ ਦੇ ਅੰਦਰ ਫਿਰਕੂ ਪੱਤਾ ਚਲਾਉਣ ਤੋਂ ਬਾਅਦ ਨਰਿੰਦਰ ਮੋਦੀ ਦੀ ਕੋਸ਼ਿਸ਼ ਸੀ ਕਿ ਮੈਂ ਸਭ ਤੋਂ ਵੱਡਾ ਕਿਉਂਕਿ ਜਦੋਂ ਲੋਕਡਾਊਨ ਹੋਇਆ ਤੇ ਜਿਹੜੀ ਜੀਡੀਪੀ ਹੈ ਜਿਹੜੀ ਗਰੋਥ ਹੈ ਉਹ ਸਭ ਤੋਂ ਵੱਧ ਜੇ ਕਿਸਾਨਾਂ ਨੇ ਅੱਗੇ ਲੈ ਕੇ ਆਂਦੀ ਜਿਸ ਨਾਲ ਦੇਸ਼ ਦੇ ਕਿਸਾਨ ਜਿਹੜੇ ਆ ਉਹ ਇਹਦੀ ਨਿਗਾਹ ਦੇ ਵਿੱਚ ਆ ਗਏ ਔਰ ਜਿਹੜੇ ਹੁਣ ਤਿੰਨ ਕਾਲੇ ਕਾਨੂੰਨ ਬਣਾਏ ਗਏ ਨੇ ਤਿੰਨ ਨਹੀਂ ਇਹ ਪੰਜ ਕਾਲੇ ਕਾਨੂੰਨ ਨੇ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਅੱਜ ਜਿਹੜਾ ਐਡਾ ਵੱਡਾ ਸੰਘਰਸ਼ ਲੜਿਆ ਜਾ ਰਿਹਾ ਇਹ ਪੂਰਨ ਤਰੀਕੇ ਨਾਲ ਇਹ ਡੈਮੋਕ੍ਰੈਟਿਕ ਤਰੀਕੇ ਨਾਲ ਇਸ ਸੰਘਰਸ਼ ਦੇ ਵਿੱਚ ਅਸੀਂ ਸਾਰਿਆਂ ਨੂੰ ਇਹੋ ਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਇਹ ਸੰਘਰਸ਼ ਜਿਹੜਾ ਇਹ ਸਾਰੀ ਮਸਲੇ ਜਿਹੜੇ ਆ ਇਹਨਾਂ ਨੂੰ ਹੱਲ ਕਰਨ ਵਾਸਤੇ ਜਿਸ ਤਰੀਕੇ ਨਾਲ ਸਾਡਾ ਯੂਥ ਸਾਡੀਆਂ ਭੈਣਾਂ ਸਾਡੇ ਬੱਚੇ ਸਾਡੇ ਬਜ਼ੁਰਗ ਅੱਜ ਇਕਜੁੱਟ ਹੋ ਕੇ ਇਹ ਲੜਾਈ ਲੜ ਰਹੇ ਨੇ ਇਸ ਲੜਾਈ ਦਾ ਇੱਕੋ ਇੱਕ ਮਤਲਬ ਹੈ ਕਿ ਅਸੀਂ ਇਕੱਲਾ ਖੇਤੀ ਦੇ ਕਾਨੂੰਨਾਂ ਦੇ ਵਿਰੋਧੀ ਨਹੀਂ ਅੱਜ ਅਸੀਂ ਇਕਜੁੱਟ ਹਾਂ ਫਿਰਕੂ ਨੀਤੀਆਂ ਦੇ ਵਿਰੁੱਧ ਇਹ ਅੱਜ ਜਿਹੜੇ ਇਹਨਾਂ ਨੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਰੋੜਾਂ ਰੁਪਏ ਅਰਬਾਂ ਰੁਪਏ ਦੇ ਜਿਹੜੇ ਲੋਨ ਸੀ ਉਹਨਾਂ ਦੇ ਵਾਪਸ ਕੀਤੇ ਦੂਜੇ ਪਾਸੇ ਕਿਸਾਨਾਂ ਦੇ ਨਾਲ ਜਿਹੜਾ ਧਰੋਹ ਕਮਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿਰੁੱਧ ਅਸੀਂ ਇਕਜੁੱਟ ਹਾਂ ਔਰ ਜਿਹੜੇ ਦਿੱਲੀ ਦੇ ਵਿੱਚ ਕਿਸਾਨਗੜ ਬਣਾ ਕੇ ਕਿਸਾਨ ਸੰਘਰਸ਼ ਕਰ ਰਹੇ ਨੇ ਉਸ ਦੇ ਵਿੱਚ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਉਹ ਕਿਸਾਨ ਵੀਰ ਜਿਹੜੇ ਸਾਡੇ ਬੱਚੇ ਨੇ ਸਾਡੇ ਬਜ਼ੁਰਗ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਤਾਵਾਂ ਨੇ ਅੱਜ ਕੰਗਣਾ ਵਰਗੇ ਜਿਹੜੇ ਫਿਰਕੂ ਲੋਕ ਨੇ ਉਹ ਜਿਸ ਤਰੀਕੇ ਦੀ ਬਿਆਨਬਾਜ਼ੀ ਕਰਦੇ ਨੇ ਉਹਨਾਂ ਨੂੰ ਬਾਰਡਰ ਹੈ ਜਿਹੜਾ ਸਿੰਘੂ ਬਾਰਡਰ ਹੈ ਉੱਥੇ ਅੱਜ ਜਿਵੇਂ ਇੱਕ ਮਾਹੌਲ ਤਿਆਰ ਕੀਤਾ ਗਿਆ ਜਿਸ ਨੇ ਮੋਦੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਅੱਜ ਅਮਿਤ ਸ਼ਾਹ ਵਰਗੇ ਜਿਹੜੇ ਕਹਿੰਦੇ ਸੀ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ ਵਾਰ ਵਾਰ ਉੱਥੇ ਨਿਉਂਤੇ ਦੇ ਰਹੇ ਨੇ ਕਿ ਤੁਸੀਂ ਇੱਕ ਵਾਰ ਸਾਡੇ ਨਾਲ ਗੱਲ ਤਾਂ ਜ਼ਰੂਰ ਕਰੋ ਇਹ ਸਾਰਾ ਜਿਹੜਾ ਸੰਘਰਸ਼ ਹੈ ਇਸ ਦੇ ਵਿੱਚ ਮੈਂ ਸਮਝਣਾ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੀਆਂ ਧੀਆਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਿਵੇਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਕਿਹਾ ਹੈ ਕਿ ਅੱਜ ਦੇਸ਼ ਦੇ ਅੰਦਰ ਫਿਰਕੂ ਪੱਤਾ ਵਰਤਣ ਵਾਲੀ ਮੋਦੀ ਅਤੇ ਸ਼ਾਹ ਜੋੜੀ ਨੇ ਇਹ ਸੋਚਿਆ ਸੀ ਕਿ ਮੈਂ ਸਿੱਖਾਂ ਹਿੰਦੂਆਂ ਮੁਸਲਮਾਨਾਂ ਨੂੰ ਵੰਡ ਕੇ ਇੱਕ ਧਰੁਵੀਕਰਨ ਕਰਕੇ ਇੱਕ ਪੋਲੋਰਾਈਜ਼ ਕਰਕੇ ਇੱਥੇ ਵਾਰ ਵਾਰ ਚੋਣਾਂ ਜਿੱਤਾਂਗਾ ਔਰ ਇਸੇ ਕਰਕੇ ਅਡਾਨੀਆਂ ਬਾਨੀਆਂ ਨੂੰ ਉਹਨਾਂ ਨੇ ਇਹ ਦੇਸ਼ ਨੂੰ ਗਿਰਵੀ ਕਰਨ ਵਾਸਤੇ ਕਿਸਾਨਾਂ ਨੂੰ ਰੀੜ੍ਹ ਦੀ ਹੱਡੀ ਤੋੜਨ ਵਾਸਤੇ ਇਹ ਜਿਹੜੀ ਇੱਕ ਚਾਲ ਚੱਲੀ ਹੈ